ਇਹ ਸੱਚਮੁੱਚ ਹੀ ਬਹੁਤ ਵਧੀਆ ਫੁਹਾਰਾ ਹੈ ਅਤੇ ਇੱਕ ਵਿਗਿਆਨਿਕ ਤਜਰਬਾ ਵੀ। ਇਸ ਲਈ ਤੁਹਾਨੂੰ ਚਪਟੇ ਥੱਲੇ ਵਾਲੀ ਬੋਤਲ, ਇੱਕ ਢੱਕਣ ਅਤੇ ਇੱਕ ਲੰਬਾ ਡਰਾਪਰ ਚਾਹੀਦਾ ਹੈ। ਇੱਕ ਗਲੀ ਵਾਲਾ ਰਬੜ ਦਾ ਡਰਾਪਰ ਲਓ ਅਤੇ ਉਸਨੂੰ ਲੰਬੇ ਗਲਾਸ ਡਰਾਪਰ ਵਿੱਚ ਪਾ ਦਿਓ। ਚਪਟੇ ਥੱਲੇ ਵਾਲੀ ਬੋਤਲ ਵਿੱਚ ਉਬਲਦਾ ਪਾਣੀ ਪਾਓ, ਉਸ ਨੂੰ ਹਿਲਾਓ ਅਤੇ ਪਾਣੀ ਬਾਹਰ ਕੱਢ ਲਓ। ਪਾਣੀ ਨਾਲ ਉਹ ਬੋਤਲ ਗਰਮ ਹੋ ਜਾਏਗੀ ਅਤੇ ਕੁਝ ਹਵਾ ਵੀ ਬਾਹਰ ਨਿਕਲ ਜਾਏਗੀ। ਬੋਤਲ ਦੇ ਮੂੰਹ ਦੇ ਢੱਕਣ ਅਤੇ ਡਰੋਪਰ ਨਾਲ ਚੰਗੀ ਤਰ੍ਹਾਂ ਬੰਦ ਕਰ ਦਿਓ। ਬੋਤਲ ਨੂੰ ਉਲਟੀ ਕਰ ਦਿਓ ਅਤੇ ਡਰੋਪਰ ਨੂੰ ਰੰਗਦਾਰ ਪਾਣੀ ਦੇ ਗਲਾਸ ਵਿੱਚ ਪਾ ਦਿਓ। ਬੋਤਲ ਦੇ ਅੰਦਰ ਖਾਲੀ ਜਗ੍ਹਾ ਰੰਗਦਾਰ ਪਾਣੀ ਨੂੰ ਸੋਖ ਲਵੇਗੀ। ਤੁਹਾਨੂੰ ਰੰਗਦਾਰ ਪਾਣੀ ਉੱਪਰ ਜਾਂਦਾ ਦਿਸੇਗਾ। ਜਦੋਂ ਪਾਣੀ ਗਲੀ ਦੇ ਕੋਲ ਪਹੁੰਚੇਗਾ ਤਾਂ ਫੁਹਾਰੇ ਦੀ ਤਰ੍ਹਾਂ ਬਾਹਰ ਨੂੰ ਨਿਕਲੇਗਾ। ਇਹ ਦੇਖਣ ਯੋਗ ਹੋਵੇਗਾ। ਬੋਤਲ ਅੰਦਰਲੀ ਖਾਲੀ ਜਗ੍ਹਾ ਰੰਗਦਾਰ ਪਾਣੀ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਨੂੰ ਕਰਨ ਦਾ ਇੱਕ ਹੋਰ ਤਰੀਕਾ ਵੀ ਹੈ। ਰਬੜ ਟਿਊਬ ਦੀ ਮਦਦ ਨਾਲ ਥੋੜ੍ਹੀ ਹਵਾ ਬਾਹਰ ਕੱਢ ਲਓ। ਹੁਣ ਰਬੜ ਟਿਊਬ ਨੂੰ ਬੰਦ ਕਰ ਦਿਓ ਅਤੇ ਰੰਗਦਾਰ ਪਾਣੀ ਦੇ ਗਲਾਸ ਵਿੱਚ ਪਾ ਦਿਓ। ਇੱਕ ਵਾਰ ਫਿਰ ਤੋਂ ਪਾਣੀ ਦਾ ਬਹੁਤ ਸੁੰਦਰ ਫੁਹਾਰਾ ਨਿਕਲ ਆਵੇਗਾ।